कढ़ी चौल खा के हुण देखो अंब दा चार हाथा च बहुत रिंबड़ दी अंब दा चार हुण मैनूं बहुत वधिया लगण लग पिया हुण पहलां नहीं सी वधिया लगदा हुण बहुत आप चार दी गिड़क जी तो ना गिड़क जी तो ला के पत्त जा इधर सड़ती हाँ देख लो चक रिंबड़ ता इक फाड़ी पूरी ना हो जावां होई तां नहीं पागल फिर गड्डी दा हाल देख लो फिर दोबारा तो जिनी मर्जी धो लो 50 जणियां ने मैं कदी मैनूं कहा वी इहदा कवर ले आ नानी कवर हो रोज गड्डी नानी भी मेरी कह गई उदे नानी भी कह गई उदे रोज आपां दी तरह बड़ी उत्ते चल गया बट हम चले हैं डेली रूटीन चेकअप के लिए डेली रूटीन नहीं हुंदा रूटीन चेकअप ले चले आ सी डॉक्टर ने बुलाया सी सानू 15 तरीक नु ते हुण अज हो गई आ 15 ही हुई है जा ते हुण असीं चले आ डॉक्टर कोल फोन करके पुछ लिया सी मैं कहदी कहंदे अज छुट्टी आ जबकि कोई छुट्टी नहीं हैगी नहीं छुट्टी मेरा 100 रुपया कल मम्मी हुणा ने दित्ते सी पैसे ते मेरा 100 रुपया इत्थे पिया आ ते अज इहदा पीवांगे जूस क्योंकि मेरे लगणा टीका यस मेरा कड़ा अज घूम कड्डा फेर की आ वे सोते पे होना उदे ही जूस पे होना जिद्दे मैं कहदी ओह लगा ਮੱਖੀ ਦਾ ਕਤਲੇ ਆਮ ਕਰਨ ਲੱਗਾ ਹਾਂ ਚੱਲ ਇੱਕ ਹੋ ਰਿਹਾ ਆਵੇ ਆ ਕਦੀ ਵੱਜਦੀ ਟੀ 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 ਕਹਿੰਦੇ ਗੱਲ ਮੈਂ ਕਹਦੀ ਉਦੋਂ ਹੀ ਪਿਓਨਾ ਮੈਨੂੰ ਜਦੋਂ ਸਿਰਫ ਮੇਰਾ ਖੂਨ ਕੱਢਦੇ ਆ ਫਿਰ ਉਹ ਖੂਨ ਪੂਰੇ ਕਰਨ ਨਹੀਂ ਹੁੰਦਾ ਉਦਾਂ ਵੀ ਮੇਰੇ ਚ ਘੱਟ ਹੀ ਆ ਖੂਨ ਨਾ 10 12 ਗ੍ਰਾਮ ਐਵੇਂ 10 ਪੁਆਇੰਟ ਕੋਸ਼ ਆ 12 ਤਾਂ ਜੇ 12 ਹੁੰਦਾ ਮੈਂ ਤਾਂ ਸ਼ਕਤੀਸ਼ਾਲੀ ਹੋਣਾ ਸੀਗਾ ਬਹੁਤ ਜ਼ਿਆਦਾ 10 8 ਆ ਮਤਲਬ 11 ਹੀ ਆ ਟੋਟਲ 2 ਗ੍ਰਾਮ ਜਿਹੜਾ 11 ਹੈਗਾ ਮਤਲਬ ਕਿੰਨਾ ਚਾਹੀਦਾ ਆ 8 ਤੋਂ 10 12 ਗ੍ਰਾਮ ਦੇ ਵਿੱਚ ਚਾਹੀਦਾ ਹੁੰਦਾ ਵੱਧ ਖੂਨ ਹੈ ਫਿਰ ਤਾਂ 11 ਚ ਲੈਣਾ ਹੋਇਆ ਤਾਂ ਦੱਸ ਦਿਓ ਕਿਤੇ ਨਹੀਂ ਮੇਰਾ ਤਾਂ ਮੈਗਦੀਪ ਦਾ ਜਿਹੜਾ ਬਲੱਡ ਗਰੁੱਪ ਹੈ ਉਹ ਸੇਮ ਆ ਮੇਰਾ ਵੀ ਬੀ ਪੋਜ਼ਿਟਿਵ ਆ ਤੇ ਮੈਗਦੀਪ ਦਾ ਵੀ ਬੀ ਪੋਜ਼ਿਟਿਵ ਆ ਪਰ ਮੈਨੂੰ ਇੰਨਾ 100% ਸ਼ੋਰ ਪਤਾ ਹੈ ਕਿ ਜੇ ਮੈਨੂੰ ਕਿਤੇ ਖੂਨ ਦੀ ਲੋੜ ਪਈ ਤਾਂ ਮੈਗਦੀਪ ਨਹੀਂ ਦੇ ਸਕਦਾ ਕਿਉਂਕਿ ਮੈਗਦੀਪ ਸੂਈ ਤੋਂ ਇੰਨਾ ਕਿ ਜ਼ਿਆਦਾ ਡਰਦਾ ਇੰਨਾ ਕਿ ਜ਼ਿਆਦਾ ਡਰਦਾ ਨਾ ਮੈਗਦੀਪ ਜੇ ਨੌਬਤ ਪਈ ਮੈਨੂੰ ਕਦੀ ਦੇਣੀ ਸਦੇਣੀ ਪਏ ਤਾਂ ਫਿਰ ਕਢਾਉਂਗਾ ਹੀ ਖੂਨ ਜ਼ਿੰਦਗੀ 'ਚ ਕਦੀ ਕਿਤੇ ਲੋੜ ਪਈ ਤਾਂ ਮੈਗਦੀਪ ਨੇ ਕਹਿਣਾ ਕਿਸੇ ਨੂੰ ਲੋੜ ਹੀ ਨਾ ਪਵਾਵੇ ਅੱਛਾ ਠੀਕ ਹੈ ਇਤਨਾ ਪਿਆਰ ਇਹ ਪਿਆਰ ਨਹੀਂ ਹੈਗਾ ਇਹ ਸਿਰਫ ਆਪਣੇ ਲਈ ਆ ਵੀ ਮੈਨੂੰ ਦੇਣਾ ਨਾ ਪਵੇ ਲੈ ਇਹ ਫਿਰ ਉਹੀ ਆ ਵੀ ਰੱਬ ਸੁੱਖ ਸ਼ਾਂਤੀ ਰੱਖੇ ਹਾਂ ਉਦਾਂ ਵੀ ਮੇਰੇ ਲਈ ਵੀ ਕਿਹਾ ਸੁੱਖ ਸ਼ਾਂਤੀ ਰੱਖੇ ਵੀ ਮੈਨੂੰ ਸੂਈ ਲਵਾਉਣੀ ਨਾ ਪਵੇ ਇਹ ਕਿਹੜਾ ਕੰਸਲਟ ਦਿਖਾਇਆ ਜਾ ਰਿਹਾ ਹੈ ਸਿਰਫ ਆਪਣੇ ਲਈ ਦਿਖਾਇਆ ਜਾ ਰਿਹਾ ਹੈ ਕਿ ਮੈਨੂੰ ਮਰਜ਼ੀ ਲਾ ਲਾ ਯਾਰ ਠੀਕ ਹੈ ਮੈਨੂੰ ਖੂਨ ਦੇਣਾ ਨਾ ਪਵੇ ਕਿਉਂਕਿ ਮੈਂ ਕਹਿੰਦੀ ਮੈਨੂੰ ਸੂਈ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਬਹੁਤ ਜ਼ਿਆਦਾ ਕੀ ਹੈ ਹੋ ਗਿਆ ਠੀਕ ਹੈ ਸਾਰਾ ਟੀਕਾ ਲੱਗਿਆ ਕਰਕੇ ਜੋਤ ਨੇ ਜੂਸ ਪੀਣਾ ਫੇਰ ਪੀਣਾ ਜ਼ਰੂਰੀ ਆ ਸੋ ਹੁਣ ਜੂਸ ਪੀਨੇ ਆ ਸੀ ਆਪਦੀ ਉਹ ਸੀ ਪਰਸਨਲ ਫੇਵਰਿਟ ਖਾਣ ਦਾ ਅੱਜ ਇੱਥੇ ਜਿਹੜਾ ਸਟਾਫ ਆ ਸਿੰਗਾਰਾ ਹਸਪੀਟਲ 'ਚ ਉਹ ਸਾਡੇ ਵਲੌਗ ਦੇਖਦੇ ਆ ਅਸੀਂ ਮੂਵੀ ਦੇਖਣ ਗਏ ਸੀ ਗੱਲ ਬੱਕੜੀ ਤੇ ਅੱਜ ਉਹਨਾਂ ਨੇ ਕਿਹਾ ਥੋੜਾ ਘੁੰਮਿਆ ਕਰੋ ਤੁਸੀਂ ਮੂਵੀ ਦੇਖਣ ਗਏ ਸੀ ਮੈਂ ਕਿਹਾ ਤੁਹਾਨੂੰ ਕਿੱਦਾਂ ਪਤਾ ਕਹਿੰਦੇ ਅਸੀਂ ਤੁਹਾਡੇ ਵਲੌਗ ਦੇਖਦੇ ਸੋ ਥੈਂਕ ਯੂ ਸੋ ਮੱਚ ਤੇ ਜਿਹੜੇ ਜਿਹੜੇ ਸਾਡਾ ਵਲੌਗ ਦੇਖਦੇ ਆ ਸਟਾਫ ਵਾਲਿਆਂ ਨੂੰ ਸਪੈਸ਼ਲ ਥੈਂਕ ਯੂ ਬਸ ਉਹਨਾਂ ਨੇ ਜਿਹੜੇ ਅੰਦਰ ਡਾਕਟਰ ਹੈਗੇ ਆ ਨਾ ਉਹਨਾਂ ਨੂੰ ਕਿਹਾ ਸੀਗਾ ਵੀ ਜੇ ਹੋਸਪਿਟਲ 'ਚ ਜੋਤੀ ਨਾਂ ਦਾ ਪੇਸ਼ੈਂਟ ਆਉਂਦਾ ਤਾਂ ਸਾਨੂੰ ਦੱਸਿਓ ਹਾਂਜੀ ਹਾਂਜੀ ਮੈਂ ਇਸੇ ਹੋਸਪਿਟਲ 'ਚ ਆਉਣੀ ਹੈ ਸਿੰਗਾਰਾ ਹੋਸਪਿਟਲ ਕੰਮ ਚੋਰੀ ਅਤੇ ਨਕਾਰੀ ਇਸ ਕੋਲੋਂ ਤੁਸੀਂ ਕੁੜੀ ਕੋਲੋਂ ਸਿੱਖ ਸਕਦੇ ਹੋ ਵੀ ਜਿੰਨਾ ਇਹ ਕੰਮ ਤੋਂ ਭੱਜਦੀ ਆ ਜਿੰਨਾ ਇਹ ਕੰਮ ਨਹੀਂ ਕਰਦੀ ਕੀ ਕੋਈ ਇਸ ਗੱਲ 'ਤੇ ਯਕੀਨ ਕਰ ਸਕਦਾ ਕਿ ਮੈਂ ਇਹਨੂੰ ਕਦੋਂ ਦਾ ਲਾਰੇ ਲਾਈ ਜਿੰਨਾ ਵੀ ਬਣਾਉਣੇ ਆ ਮੋਮੋਜ਼ ਬਣਾਉਣੇ ਆ ਇਕੱਠੇ ਬਣਾਵਾਂਗੇ ਬਟ ਅਸਲ ਦੇ ਵਿੱਚ ਮੇਰਾ ਦਿਲ ਨਹੀਂ ਕਰ ਰਿਹਾ ਕੰਮ ਕਰਾਉਣ ਨੂੰ ਭਾਂਡੇ ਵੀ ਸਾਰੇ ਧੋਤੇ ਮੈਂ ਅੱਛਾ ਹੋਰ ਵੀ ਸਾਫ਼ ਕਰਤਾ ਸਾਰਾ ਫੇਰ 2 ਘੰਟੇ ਹੋ ਗਏ ਲਾਰੇ ਲਾਉਣੀ ਨੂੰ ਮੈਂ ਹੋਣਾ ਆ ਆਟਾ ਸੁੱਕੀ ਜਾਂਦਾ ਆ ਬਣਾ ਲਓ ਫਿਰ ਕੱਲੇ ਖਾਣ ਨੂੰ ਬਹਿ ਜਾਣਾ ਮੋਰੇ ਮੋਮੋਸ ਆ ਜੋਤ ਦੀ ਪਲੇਟ ਇਦਾਂ ਚਣ ਕੇ ਤਾਂ ਲੈ ਕੇ ਦਿੱਤੀ ਕਿਉਂਕਿ ਮੈਂ ਦੂਜੀ ਵਾਰ ਨਹੀਂ ਉੱਠ ਕੇ ਜਾਣਾ ਚਾਹੁੰਦਾ ਠੀਕ ਹੈ ਬੜੀ ਨਾਵਤ
बड़ी का भी जी कर रहा ते वासी आ गई। सो हुण अगे खाण लगे मोमोस। मोमोस बन गया ते जिहड़े जिहड़े मोमोस खाना चाहुंदे आ ते ओह वी खा सकदे आ। मन्ना पूरी होण जा रही आ। वैसे तो उदा सानू मतलब अज ना डॉक्टर ने एक गल कही क्योंकि वह ब्लॉग देखते हैं ना तो डॉक्टर ने यह गल कही भी देखो तुसी घरे बना के जो मर्जी खा लिया करो बर्गर खाना घरे बना के खा लिया करो बट भी बाहर का अवॉइड करो। ज्योत ने स्पेशली उन्होंने कहा मतलब खाओ पियो जो मर्जी कहते खाओ पियो ऐश करो मित्रो पर बाहर का ना खाओ मतलब भी खाओ घरे बना के बस। इस करके अज असि मोमोस खान नु जी करदा सी ते घरे बना के मोमोस खादे। हुण असि चले आ मूवी देखण ते असि पहले निर्णय कीता होया आ कि असि रोटी घरे आके खानी आ बस जस्ट असि मूवी देखण जानी आ ते मूवी देखण जानी आ असि। इहदे नाल इक चीज दा होर फायदा हो गया कि हां यार वी मतलब जिवें आपां जदों बाहर जाए मेरे बांध खुण लग पे मूवी देखण जांदे आ ना ता उदों की हुंदा आ कि खर्चा थोड़ा जिहा बच जांदा वी जदों खाण पीण पै जांदे क्योंकि खाण पीण महंगा पै जांदा टिकट नालों टिकट सस्ती हुंदी आ खाण पीण थोड़ा महंगा चल जांदा। उहदे नाल चंगा आ कि भी खाओ पीओ घरे आके। सो मेरा तो फायदा वैसे हो गया क्योंकि डॉक्टर ने मना किया सी जोत नूं। सो इस करके असी सिर्फ मतलब टिकटां ते खर्चने आ पैसे ते ओह तां क्योंकि बड़े टाइम दी तमन्ना सीगी मतलब जिंदगी दे विच इक्को ही फिल्म चंगी लगी सी मतलब जिहड़ी जबरदस्त अमेजिंग ते बस असी अज तक दो फिल्मां नूं प्रमोट कीता जावे इक केजीएफ ते इक मनी हीस्ट। हां मनी हीस्ट वैब सीरीज आ ते केजीएफ मतलब ताकड़ गोलू नामेकदीप तो केजीएफ च कोई गलती निकली नामेकदीप तो मनी हिस्ट च कोई गलती निकली हुण केजीएफ चैप्टर 2 च दे मैकदीप गलती कढ़ दे नहीं कढ़ दे पर कढ़न दी मैनूं लगदा कोई गुंजाइश तां है नहीं जिद्दां दा ट्रेलर आ ताकड़ जिहा। बाकी एक्टर संजय दत्त दी एक्टिंग भी बहुत वधिया आ ते ए संजय दत्त ते रवीना टंडन काफी टाइम तो आ बॉलीवुड च इस करके सानू लो भी टिकटां लै लिया 5 22 ਭਾਜੀ 22 ਇਧਰ ਆ ਨਾ ਉਹ 3 ਨੰਬਰ ਰੈਡ ਕਰ ਦੀ ਜਿਹੜਾ ਬਾਹਰ ਜਾ ਕੇ ਬਾਹਰ ਜਾ ਕੇ ਠੀਕ ਹੈ ਬਾਹਰ ਆ ਕੀ ਬਾਹਰ ਆ ਘਟ ਬਾਹਰ ਚਲੋ ਆਂਦੇ ਮੂੰਹ ਚੱਕੇ ਕਿੱਧਰ ਨੂੰ ਅੰਦਰ ਨੂੰ ਨਾ 1000 ਕੁਛ ਰੁਪਏ ਖਰਚੇ ਆ ਵੇਖ ਦਿਖਾ ਉਹ ਆਂਦਾ ਭਰਾ 1050 ਹੋਰ ਖਰਚੋ ਦੇਖ ਕਿਆ ਕਰ ਰਹਾ ਤੁਸੀਂ ਭੀੜ ਦਿਖਾਓ ਭੀੜ ਤਾਂ ਬਹੁਤ ਆ ਬਈ ਕੇਜੀਐਫ ਦੇਖਣ ਆਏ ਆ ਸਾਰੇ ਇੰਨੇ ਕੁ ਰਿਵਿਊ ਇਹਦੇ ਘੈਂਟ ਨਾ ਫਿਲਮ ਦੇ ਪਤਾ ਮੈਨੂੰ ਮਿਲੀ ਇੱਥੇ ਆਪਣੇ ਉੱਪਰ ਆ ਜਾਵਾਂ ਜਮਾ ਉੱਪਰ ਤਾਂ ਇੱਕ ਥੱਲੇ ਸੀ ਜੋ ਉਹਨੇ ਮਾਰ ਹਾਂ ਕੋਈ ਬੁੱਲੀ ਬੋਲ ਬਲਈਆ 2 ਦਾ ਤੁਸੀਂ ਇਹ ਦੇਖੋ ਵੀ ਇੰਨੇ ਕੁ ਲੋਕ ਆ ਰਹੇ ਆ ਫੁੱਲ ਆ ਜਮਾ ਸ਼ੋ ਸਾਨੂੰ ਜਮਾ ਉੱਪਰ ਉੱਪਰ ਟਿਕਟਾਂ ਮਿਲ ਗਿਆ ਆ ਚੀਕਾਂ ਮਾਰਨ ਵਾਲੇ ਜਮਾ ਉਹ ਤਾਂ ਮੈਂ ਦੇਖਿਆ ਨਹੀਂ ਕਿੱਦਾਂ ਥੀਏਟਰ 'ਚ ਐ ਬਹਿ ਗਏ ਸੀ ਦੇਖਣ ਨੂੰ ਹਾਂ ਬੜੀ ਐਕਸਾਈਟਡ ਆ ਮੈਂ ਮੂਵੀ ਤੋਂ ਪਹਿਲਾਂ ਜਿਹੜਾ ਚੱਲ ਰਿਹਾ ਇਹ ਔਖਾ ਹੀ ਹੈ ਨਾ ਕੰਮ ਹਾਂ ਮੈਂ ਤਾਂ ਦੇਖਿਆ ਹੀ ਨਹੀਂ ਅੱਖਾਂ ਪਰ ਇਹਨੂੰ ਲਓ ਵੀ ਇੰਟਰਵਲ 'ਚ ਬੈਠੇ ਤਾਂ ਲਾਈਟਾਂ ਜਗੀ ਜਾਂਦੀਆਂ ਹਾਂ ਹੁਣੇ ਹੁਣੇ ਇੱਕ ਖੁਸ਼ਖਬਰੀ ਮਿਲੀ ਹੈ ਮੇਰੀ ਭੈਣ ਦੇ ਘਰੇ ਮੁੰਡਾ ਹੋਇਆ ਆ ਠੀਕ ਹੈ ਅਤੇ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਉਹ ਕਿਉਂਕਿ ਹੁਣ ਉਹਦੇ ਦੱਸਦੇ ਸੀ ਨਾ ਵੀ ਕਿੰਨੀ ਤਰੀਕ ਦਿੱਤੀ ਹਾਂ ਉਹਨਾਂ ਨੂੰ ਮਤਲਬ 15 ਤਰੀਕ ਦਿੱਤੀ ਹੋਈ ਸੀਗੀ ਤੇ ਮੈਂ ਵੀ ਅੱਜ ਹੀ ਹੋਇਆ ਪਾਪਾ ਜੀ ਦਾ ਹੁਣੇ ਹੀ ਮੈਸੇਜ ਆਇਆ ਮੈਨੂੰ ਅਸੀਂ ਹੁਣੇ ਦੇਖਿਆ ਜਿਹੜਾ ਪ੍ਰਗਟ ਆਪਾਂ ਦੱਸਿਆ ਸੀ ਉਹਦੇ ਆਪਣੇ ਘਰੇ ਵੀ ਆਏ ਸੀ ਆਪਾਂ ਵੀ ਉਹਨਾਂ ਦੇ ਘਰੇ ਗਏ ਸੀ ਉਹਨਾਂ ਦੀ ਜਿਹੜੀ ਛੋਟੀ ਸਿਸਟਰ ਹੈ ਉਹਨਾਂ ਦੇ ਹੁਣੇ ਹੁਣੇ ਨੇ ਮਿਲੀ ਆ ਬਾਅਦ ਚ ਬਾਹਰ ਨਿਕਲ ਕੇ ਫੋਨ ਕਰਦੇ ਆ ਪਹਿਲਾਂ ਉਹਨਾਂ ਦੇ ਬੇਬੀ ਗਰਲ ਸੀ ਤੇ ਹੁਣ ਹੋਇਆ ਮੁੰਡਾ ਤੇ ਹੁਣ ਆਪਾਂ ਉਹਨਾਂ ਨੂੰ ਕੱਲ ਨੂੰ ਫੋਨ ਲਾਵਾਂਗੇ ਕਿਉਂਕਿ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਬੇਬੀ ਸੌਂ ਗਏ ਹੋਣਗੇ ਤੇ ਕੱਲ ਆਪਾਂ ਉਹਨਾਂ ਨੂੰ ਫੋਨ ਲਾ ਕੇ ਵਧਾਈਆਂ ਦਵਾਂਗੇ ਆਪਾਂ ਆਨਲਾਈਨ ਵੀ ਵਧਾਈਆਂ ਦੇ ਦਿੰਦੇ ਆ ਤੇ ਸਾਰੇ ਜਾਣੇ ਕੰਗ੍ਰੈਚੁਲੇਸ਼ਨਸ ਜ਼ਰੂਰ ਕਿ ਉਹਨਾਂ ਨੂੰ ਤੇ ਆਪਣੀਆਂ ਬਲੇਸਿੰਗਸ ਦੀ ਤੇ ਆ ਬਾਹਰ ਗਏ ਸੀਗੇ ਲੈਣ ਇੰਟਰਵਲ ਦੇ
बहुत ज्यादा फिर लेट हो जाना सीगा ते बड़ी भी भुखा होना भुख लागी होनी सीगी सो उहनूं जाके रोटी राटी पाउणी सीगी ते बहुत ज्यादा जे आपां मूवी दे रिव्यू कहीए ना ए नहीं कि मेरी पहलां वाली फेवरेट सी तां करके इदां मैं कह रहा ना बट जे मूवी दे हर पक्ष तो जैनुअन बंदा जो भी देख रहा उही कह रहा यार इस वारी भी उन्होंने मतलब पूरा जोर ला के जबरदस्त मूवी बनाई आ ते बहुत ज्यादा घेंट बहुत बहुत ज्यादा मैं जिनी तारीफ कर सका काटी है बाकी हाँ हो सकता किसी को नहीं वधिया लग सकती हाउसफुल चल रहा हजे तक पंजाब दे विच हरेक शो हाउसफुल चल रहा कल दी रिलीज हुई है वीरवार दी पहली फिल्म देखी मैं आपदी जिंदगी च कि जिहड़ी वीरवार नूं रिलीज हुई है नहीं तो ज्यादातर शुक्रवार नूं रिलीज होंदी है फिल्म और हजे तक हाउसफुल चल रहे हैं बहुत ज्यादा अमेजिंग मूवी है साढ़े दो दो सौ रुपये जो टिकटा ना लाया वो निशान साहब का चोला जेड़ा कि मतलब घरे ही कपड़ा पिया सीगा कि मतलब यह उतारिया वा जो हों ना भी जी मतलब जो बदलते विसाखी से नवा चढ़ाते है ना जां विसाखी से जां दिवाली वेले शायद उदो हाँ उत्थे हाँ बाइक ने जो चढ़ाना सीगा ते उदो असी उत्थों मतलब सानू यह कपड़ा दिता सीगा भी घरे ले जो चंगा हुंदा बाबा जी ने ते ये कपड़ा पिया ही सीगा ते पापा कहिंदे भी ये कपड़ा पिया ते आपां इसे दा ही दूसरा बनवा लांगे सो इहनूं हुण थोड़ा जिहा मतलब भौंके रख के भी जिवें होर थोड़ा जिहा सॉफ्ट हो जावे ये तां कि क्योंकि फस्ट टाइम यही कपड़ा पाउणा आ ते फिर पूरा सॉफ्ट होना चाहिए ये है ना सो इहदा आपां हुण सूट तैयार करावांगे वह किदां दा करवाउणा आ वह तुहानूं आउण वाले व्लॉग्स च पता लग जूगा बट यही सी चीज़ जिहड़ी पापा ने मतलब आपदे पोती पोते मतलब जो भी है उहदे लई दित्ती है ना ते मिलदे आ हुण आपां नवें व्लॉग दे नाल चैनल कर लिओ सबसक्राइब लाइक कमेंट करके जरूर दस्सिओ व्लॉग किदां दा लग्गिया ते कोशिश आ कि डेली व्लॉगिंग इदां ही चलदी रहे ठीक है बाकी हाँ आपां कदे कदे जिहड़ा जे नहीं कुछ शूट करना हुंदा तां आपां नहीं करदे क्योंकि फिर आपां तुहानूं बोर नहीं करना चाहुंदे हुंदे सो KGF तां सिरा ही सी ਜਿਹੜਾ ਵੀ ਬੰਦਾ ਦੇਖਣਾ ਚਾਹੁੰਦਾ ਦੇਖ ਸਕਦਾ ਵਧੀਆ ਯਾਰ ਮੂਵੀ ਬਹੁਤ ਘੈਂਟ ਆ ਉਹ 'ਚ ਕੁਛ ਚੀਜ਼ਾਂ ਸਿੱਖਣ ਵਾਲੀਆਂ ਵੀ ਹੁੰਦੀਆਂ ਨਾ ਜ਼ਰੂਰੀ ਨਹੀਂ ਹੁੰਦਾ ਕਿ ਕੁਛ ਮੂਵੀਜ਼ ਜਿਵੇਂ ਹੀਰੋ ਹੀ ਐਜ਼ ਏ ਹੀਰੋ ਦੇ ਸਾਈਡ ਤੋਂ ਹੀ ਦੇਖਿਆ ਜਾਵੇ ਹੈ ਨਾ ਕੁਛ ਚੀਜ਼ਾਂ ਮੂਵੀਆਂ ਜਿਹੜੀਆਂ ਤੁਹਾਨੂੰ ਸੱਚਾਈ ਦਿਖਾਉਂਦੀਆਂ ਹੁੰਦੀਆਂ ਕਿਉਂਕਿ ਹੀਰੋ ਭਗਤੀ ਜੀ ਹੋ ਜਾਂਦੀ ਆ ਉਹ ਚੀਜ਼ ਤੋਂ ਪਾਸੇ ਲਿਜਾ ਕੇ ਕੁਛ ਚੀਜ਼ਾਂ ਵਿਲਨ ਦੇ ਸਾਈਡ ਤੋਂ ਵੀ ਸਿੱਖਣੀਆਂ ਚਾਹੀਦੀਆਂ मतलब ऐदां बैलेंसिंग कीती सी कि हर एक करैक्टर दे विच ओनी जान सी जिन्ने ओहदे डायलॉग हैवी जिन्ने ओहदे डायलॉग जो भी आ बहुत जान पई बहुत सोहना काम यश ने बहुत सोहना काम कीता मतलब यश ਜੋ ਐਕਟਰ ਹੈ ਨਾਰਮਲ ਕੈਰੈਕਟਰ ਵੀ ਸੀ ਮਤਲਬ ਜਿਹੜਾ ਉਹਦੇ ਵਿੱਚ ਪਹਿਲੀ ਮੂਵੀ ਵਿੱਚ ਵੀ ਉਹ ਪੀਅਨ ਸੀ ਹੈ ਨਾ ਉਹ ਜਿਹੜਾ ਚਾਹ ਲਿਆਉਂਦਾ ਸੀ ਮਤਲਬ ਉਹਦੀ ਵੀ ਇੱਕ ਪਰਸਨੈਲਿਟੀ ਡਿਫਰੈਂਟ ਜਿਹੀ ਸੀ ਉਹਦੇ ਡਾਇਲੋਗ ਵੀ ਡਿਫਰੈਂਟ ਜਿਹੇ ਸੀਗੇ ਮਤਲਬ ਹਰ ਇੱਕ ਕੈਰੈਕਟਰ ਆਪਾਂ ਕਹਿ ਸਕਦੇ ਹਾਂ ਜੇ ਇੱਕ ਵੀ ਕੈਰੈਕਟਰ ਮਿਸਿੰਗ ਹੁੰਦਾ ਤਾਂ KGF ਇੰਨੀ ਹਿੱਟ ਨਹੀਂ ਹੋਣੀ ਸੀਗੀ ਸੋ ਇਹਦੇ ਨਾਲ ਹੀ ਆਪਾਂ ਮਿਲਦੇ ਹਾਂ ਨਵੇਂ ਨੇ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਕਿੱਦਾਂ ਲੱਗਿਆ ਬਾਏ ਬਾਏ ਗੁੱਡ ਨਾਈਟ।